ਨੂੰ ਕਹਿੰਦਾ ਪਿਆ ਵੇ ਜਾਂਦੀ ਵਾਰੀ ਮੁਹੰਮਦ ਦੇ ਕਦਮ ਤੂੰ ਚੁੰਮੇ ਨੇ, ਹੁਣ ਮੈਨੂੰ ਚੁੰਮ ਲੈਣ ਦੇ। ਓਏ ਨਬੀ ਦੇ ਕਦਮਾਂ ਦੀ ਬਰਕਤ ਐ ਵੇ। ਫਿਰ ਸਾਰੇ ਮਿਲ ਕੇ ਬੋਲਾਂਗੇ ਤੇ ਕੀ ਆਖਾਂਗੇ, ਕਮਲੀ ਵਾਲੇ ਦੀ ਰਾਵਾ। ਜਿਹੜਾ ਜਿਹੜਾ ਚਾਹੁੰਦਾ ਨਾ ਮੇਰੀ ਮਦੀਨਾ ਸ਼ਰੀਫ ਹਾਜ਼ਰੀ ਲੱਗ ਜਾਵੇ, ਉਹਨਾਂ ਗਲੀਆਂ 'ਚ ਮੈਂ ਫਿਰਾਂ। ਹਜ਼ਰਤ ਇਮਾਮੇ ਮਾਲਕ ਨੇ ਸਾਰੀ ਉਮਰ ਜੁੱਤੀ ਨਹੀਂ ਪਾਈ, ਲਾਮਾ ਸਾਹਿਬ ਨੂੰ ਪੁੱਛਿਆ ਜੇ ਸਾਰੀ ਉਮਰ ਜੁੱਤੀ ਨਹੀਂ ਪਾਈ ਅਤੇ ਨਬੀ ਦਾ ਦੀਨ ਪੜਾਇਆ, ਆਖਿਆ ਹਜ਼ੂਰ ਜੁੱਤੀ ਕਿਉਂ ਨਹੀਂ ਪਾਉਂਦੇ, ਬਲਕਿ ਦੀਵਾਰਾਂ ਦੇ ਨਾਲ ਲੱਗ ਕੇ ਟੁਰਦੇ ਨੇ, ਅੱਡੀਆਂ ਚੁੱਕ ਚੁੱਕ ਕੇ ਟੁਰਦੇ ਨੇ। ਕਹਿੰਦੇ ਨੇ ਤੁਹਾਨੂੰ ਪਤਾ ਨਹੀਂ ਇਹਨਾਂ ਗਲੀਆਂ ਵਿੱਚ ਮੇਰਾ ਯਾਰ ਫਿਰਦਾ ਰਿਹਾ ਹੋਵੇ, ਕਿਤੇ ਯਾਰ ਦੇ ਕਦਮਾਂ 'ਤੇ ਕਦਮ ਹੀ ਨਾ ਆ ਜਾਵੇ। ਹੈਂ, ਐਸੇ ਐਸੇ ਆਸ਼ਕ ਵੀ ਗੁਜ਼ਰੇ ਨੇ। ਅਤੇ ਮੇਰੇ ਸ਼ਾਇਰ ਕਹਿੰਦਾ, ਕਮਲੀ ਵਾਲੇ ਦੀ ਰਾਵਾ ਤੂੰ ਸਦਕੇ ਮੈਂ ਜਾ, ਜਿੱਥੋਂ ਲੰਘਦਾ ਗਿਆ ਰੰਗ ਚੜਾਉਂਦਾ। ਬਈ ਬਜ਼ੁਰਗਾਂ ਨੂੰ ਮੈਂ ਨਹੀਂ ਕਹਿਣਾ ਜਵਾਂਦਾ, ਜੇ ਹੱਥ ਬੁਲੰਦ ਹੋਵੇ ਤਾਂ ਕੀ ਕਹਿਣਾ, ਕਮਲੀ ਵਾਲੇ ਦੀ, ਕਮਲੀ ਵਾਲੇ ਦੀ ਰਾਵਾ ਤੂੰ ਸਦਕੇ ਮੈਂ ਜਾ, ਜਿੱਥੋਂ ਲੰਘਦਾ ਗਿਆ ਰੰਗ ਚੜਾਉਂਦਾ ਗਿਆ। ਅਲਾਮਾ ਸਾਹਿਬ ਉਹਦੀ ਅਜ਼ਮਤ ਨੂੰ ਲੋਕਾਂ ਨੇ, ਉਹਦੀ ਅਜ਼ਮਤ ਨੂੰ ਲੋਕਾਂ ਨੇ ਮੰਨਣਾ ਹੀ ਸੀ, ਉਹਦੀ ਅਜ਼ਮਤ ਨੂੰ ਲੋਕਾਂ ਨੇ ਮੰਨਣਾ ਹੀ ਸੀ, ਉਹਤੇ ਪੱਥਰਾਂ ਨੂੰ ਕਲਮੇ ਪੜਾਉਂਦਾ ਗਿਆ, ਉਹਦੀ ਅਜ਼ਮਤ ਨੂੰ ਲੋਕਾਂ ਨੇ ਮੰਨਣਾ ਹੀ ਸੀ, ਉਹਦੀ ਅਜ਼ਮਤ ਨੂੰ ਲੋਕਾਂ ਨੇ ਮੰਨਣਾ ਹੀ ਸੀ, ਉਹਤੇ ਪੱਥਰਾਂ ਨੂੰ ਕਲਮੇ, ਉਹਤੇ ਪੱਥਰਾਂ ਨੂੰ ਕਲਮੇ ਪੜਾਉਂਦਾ ਗਿਆ, ਉਹਦੀ ਅਜ਼ਮਤ ਨੂੰ ਲੋਕਾਂ ਨੇ ਮੰਨਣਾ ਹੀ ਸੀ, ਉਹਤੇ ਪੱਥਰਾਂ ਨੂੰ ਕਲਮੇ ਪੜਾਉਂਦਾ ਗਿਆ। ਆਓ ਜਨਾਬ ਅਲੀ ਸੂਬੇਦਾਰ ਮੁਹੰਮਦ ਅਸਲਮ ਦੇ ਖਤਮੇ ਪਾਕ ਤੇ ਆਉਣ ਵਾਲੇ ਹੋ। ਹਜ਼ਰਤ ਅੱਲਾਹ ਰੱਬੁਲ ਆਲਮੀਨ ਨੇ ਫਰਮਾਇਆ, ਲਾ ਉਕਸਿਮੁ ਬਿਹਾਜ਼ਲ ਬਲਦ ਵਾ ਅੰਤਹਿਲੁ ਬਿਹਾਜ਼ਲ ਬਲਦ। ਅੱਲਾਹ ਫਰਮਾਉਂਦਾ, ਮਾ ਜ਼ਾਗਦੇ ਨੈਣਾ ਵਾਲਿਆ, ਮੈਨੂੰ ਤੇਰੇ ਸ਼ਹਿਰ ਮੱਕੇ ਦੀ ਕਸਮ ਏ। ਅੱਗੇ ਅੱਲਾਹ ਕੀ ਫਰਮਾਉਂਦਾ, ਵਾ ਅੰਤਹਿਲੁ ਬਿਹਾਜ਼ਲ ਬਲਦ, ਏ ਮਾ ਜ਼ਾਗਦੇ ਨੈਣਾ ਵਾਲਿਆ, ਇਸ ਸ਼ਹਿਰ ਦੀਆਂ ਗਲੀਆਂ ਨੇ ਤੇਰੀਆਂ ਤਲੀਆਂ ਚਮਲੀਆਂ ਨੇ, ਕਸਮਾਂ ਚੁੱਕਣੀਆਂ ਪੈ ਗਈਆਂ ਨੇ। ਭਾਈ ਸ਼ਬਾ ਸਾਹਿਬ, ਭਾਈ ਅਬਾ ਸਾਹਿਬ, ਭਾਈ ਇਜਾਜ਼ ਦੇ ਵਾਲ ਦੇ ਗ੍ਰਾਮੀ ਦੇ ਖਤਮੇ ਪਾਕ ਤੇ ਆਉਣ ਵਾਲੇ ਹੋ। ਕੋਈ ਬੰਦਾ ਇਹ